ਅੱਤਵਾਦੀ ਅਰਸ਼ ਡਾਲਾ ਨੇ ਇੱਕ ਹੋਰ ਕਤਲਕਾਂਡ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ। ਇਸ ਪੋਸਟ ਦੇ ਵਿੱਚ ਉਸਨੇ ਜਿੱਥੇ ਲੋਰੈਂਸ ਅਤੇ ਗੋਲਡੀ ਬਰਾੜ ਦਾ ਜ਼ਿਕਰ ਕੀਤਾ, ਉੱਥੇ ਹੀ ਸਿੱਧੂ ਮੂਸੇਵਾਲੇ ਬਾਰੇ ਵੀ ਅਹਿਮ ਗੱਲ ਕਹੀ। ਹਾਲਾਂਕਿ ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ। ਦੱਸਦੇ ਕਿ ਬੀਤੇ ਦਿਨੀ ਲੋਰੈਂਸ ਦੇ ਸ਼ੂਟਰ ਦਾ ਹਰਿਆਣਾ ਦੇ ਵਿੱਚ ਕਤਲ ਕੀਤਾ ਗਿਆ ਸੀ। ਯਮੁਨਾਨਗਰ ਦੇ ਵਿੱਚ ਸ਼ੂਟਰ ਰਾਜਨ ਦਾ ਕਤਲ ਬੜੀ ਹੀ ਬੇਰਹਿਮੀ ਦੇ ਨਾਲ ਕੀਤਾ ਗਿਆ ਸੀ। ਦੱਸਦੇ ਕਿ ਹੱਥ ਪੈਰ ਬੰਨ ਕੇ ਰਾਜਨ ਨੂੰ ਅੱਗ ਹਵਾਲੇ ਕੀਤਾ ਗਿਆ। ਯਮੁਨਾ ਨਹਿਰ ਦੇ ਨੇੜੇ ਰਾਜਨ ਦੀ ਅੱਧ ਸੜੀ ਲਾਸ਼ ਮਿਲੀ। ਬੰਬੀਹਾ ਗੈਂਗ ਨੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਹੈ। ਅਰਸ਼ ਡਾਲਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ। ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਦੱਸਦੇ ਕਿ ਕੁਰਕਸ਼ੇਤਰ ਦਾ ਰਹਿਣ ਵਾਲਾ ਸੀ ਸ਼ੂਟਰ ਰਾਜਨ। ਆਖਿਰਕਾਰ ਕਿਸਨੇ ਰਾਜਨ ਨੂੰ ਅੱਗ ਦੇ ਹਵਾਲੇ ਕੀਤਾ, ਪੁਲਿਸ ਇਹ ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ। ਦੱਸਦੇ ਕਿ ਅਰਸ਼ ਡਾਲਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਰਾਤ ਜੋ ਰਾਜਨ ਕੁਰਕਸ਼ੇਤਰ ਦਾ ਕਤਲ ਹੋਇਆ, ਉਹ ਅਰਸ਼ ਡਾਲਾ ਅਤੇ ਲੱਕੀ ਪਟਿਆਲ ਨੇ ਕਰਵਾਇਆ। ਇਸਨੇ ਲੋਰੈਂਸ ਅਤੇ ਵਿਸ਼ਨੂੰ ਦੇ ਕਹਿਣ 'ਤੇ ਲਕਸ਼ਮਣ ਦਿਵਿਆਸੀ ਸੰਚੋਰ ਦਾ ਮਰਡਰ ਕਰਵਾਇਆ ਸੀ ਅਤੇ ਇਹ ਭੰਗੌੜਾ ਸੀ। ਇਸ ਨੂੰ ਇਸ ਦੀ ਠਹਿਰ ਤੋਂ ਚੁੱਕ ਕੇ ਇਸ ਦਾ ਚੰਗਾ ਮਾਣ ਤਾਣ ਕਰਕੇ ਇਸ ਦੇ ਯਮੁਨਾ ਕੋਲ ਗੋਲੀਆਂ ਮਾਰੀਆਂ। ਇਹ ਗਿਫਟ ਤਾਂ ਤੈਨੂੰ ਗੋਲਡੀ ਮੇਰੇ ਵੱਲੋਂ, ਮੈਂ ਤਾਂ ਤੈਨੂੰ ਆਪਦੇ ਦੁਸ਼ਮਣਾਂ ਦੇ ਵਿੱਚ ਵੀ ਗਿਣਦਾ ਨਹੀਂ ਸੀ। ਤੇਰੇ ਲੋਰੈਂਸ ਨੂੰ ਤੂੰ ਇੰਟਰਵਿਊ 'ਤੇ ਫੁਕਰੀਆਂ ਮਾਰਨ ਦੇ ਚੱਕਰ 'ਚ ਬਿਨਾਂ ਗੱਲ ਤੋਂ ਲਿਆ, ਬਾਕੀ ਤੂੰ ਕਹਿਣਾ ਸੁੱਖਾ ਮੈਂ ਹੱਥੀ ਮਾਰਿਆ। ਉਸਨੂੰ ਤੁਸੀਂ ਭਰੋਸੇ 'ਚ ਲੈ ਕੇ ਮਾਰਿਆ, ਗੋਗਾ ਮੇੜੀ ਵੀ ਤੁਸੀਂ ਭਰਾ ਬਣ ਕੇ ਮਾਰਤਾ, ਸਿੱਧੂ ਮੂਸੇਵਾਲੇ ਦਾ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਮਾਰਤਾ। ਤੂੰ ਕਹਿਣਾ ਵੀ ਜਿਹਦੇ ਮਰਜ਼ੀ ਦੇਸ਼ ਦੇ ਵਿੱਚ ਮਿਲ ਲਵੋ, ਸਾਨੂੰ ਦੱਸਦੀ ਕਿੱਥੇ ਮਿਲਣਾ। ਇੱਕ ਦਾ ਹੋਇਆ ਅੱਜ ਤੇਰੇ ਵਾਂਗੂ ਫੁਕਰੀਆਂ ਨਹੀਂ ਮਾਰਦੇ। 25-30 ਭਰਾ ਆ ਜੀ ਤੂੰ 5000 ਲੈ ਕੇ, ਆਪਦੇ ਤੈਨੂੰ ਦੱਸਾਂਗੇ ਦੁਸ਼ਮਣੀ ਕਿਵੇਂ ਪੁੱਗਦੀ। ਇਹ ਸੁੱਖੇ ਦੇ ਮਰਨ ਦਾ ਬਦਲਾ ਲਿਆ, ਤੂੰ ਆਪਦੇ ਆਪ ਨੂੰ ਬਹੁਤ ਖੱਬੀ ਖਾਣ ਸਮਝਦਾ ਨਾ, ਹੁਣ ਤੈਨੂੰ ਅਸੀਂ ਦੱਸਾਂਗੇ ਵੈਰ ਕੀ ਹੁੰਦੇ। ਸੋ ਹਾਲਾਂਕਿ ਇਸ ਪੋਸਟ ਦੀ ਪੁਸ਼ਟੀ ਨਿਊਜ਼ 18 ਨਹੀਂ ਕਰਦਾ, ਪਰ ਸੋਸ਼ਲ ਮੀਡੀਆ 'ਤੇ ਅਰਸ਼ ਡਾਲਾ ਦੇ ਵੱਲੋਂ ਇਹ ਪੋਸਟ ਆ ਜਿਹੜੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਰਾਜਨ ਦਾ ਕਤਲ ਕਿਸਨੇ, ਕਿਹੜੇ ਗੈਂਗਸਟਰਾਂ ਦੇ ਵੱਲੋਂ ਕੀਤਾ ਗਿਆ, ਇਸ ਬਾਰੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।